ਤੇ ਹਾਂਜੀ ਮੈਂ ਆ ਹਰਪ੍ਰੀਤ ਕੌਰ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਜਿਹੜਾ ਟਾਈਮ ਹੈਗਾ ਜੀ ਟਾਈਮ ਹੈ 4:45 ਦਾ ਅਤੇ ਦਿਨ ਹੈਗਾ ਜੀ ਅੱਜ ਬੁੱਧਵਾਰ। ਮੈਂ ਤੁਹਾਨੂੰ ਕੀ ਦੱਸੀ ਜਾਵਾਂ ਜੀ ਮੇਰੇ ਨਾਲ ਕੀ ਬੀਤਦੀ ਹੈ ਸਾਡੇ ਨਾਲ। ਸਾਡੇ ਤਾਂ ਹੁਣ ਪਤਾ ਨਹੀਂ ਇੱਕ ਨੁਕਸਾਨ ਹੋ ਜਾਣਾ ਦੂਜਾ ਤਿਆਰ ਹੋ ਜਾਣਾ ਹੋਣ ਨੂੰ। ਪਹਿਲੇ ਨੰਬਰ 'ਤੇ ਤਾਂ ਜੀ ਸਾਡੀ ਮੋਟਰ ਮੱਚੀ ਅਤੇ 10,000 ਦਾ ਨੁਕਸਾਨ ਮੋਟਰ ਦਾ ਹੋ ਗਿਆ। 10,000 ਦੀ ਲਿਆ ਕੇ ਮੋਟਰ ਪਾਈ ਪਾਣੀ ਵਾਲੀ। ਦੂਜੇ ਨੰਬਰ 'ਤੇ ਸਾਡੀਆਂ ਸਲੇਟਾਂ ਫੁੱਟੀਆਂ ਅਤੇ ਚੁਬਾਰੇ ਵਾਲੇ ਸ਼ੀਸ਼ੇ ਫੁੱਟੇ, ਉਹ ਹਜੇ ਠੀਕ ਵੀ ਨਹੀਂ ਕਰਾਈਆਂ ਗਈਆਂ। ਉੱਪਰੋਂ ਚੱਕੀਆਂ ਵੀ ਨਹੀਂ ਗਈਆਂ ਫੁੱਟੀਆਂ ਹੋਈਆਂ ਕਿਉਂਕਿ ਕੰਮ ਬਹੁਤ ਹੋ ਗਿਆ ਸੀ। ਮੈਥੋਂ ਚੱਕੀਆਂ ਨਹੀਂ ਆਉਂਦੀਆਂ ਇਕੱਲੀ ਤੋਂ ਅਤੇ ਇਹਨਾਂ ਨੂੰ ਟਾਈਮ ਨਹੀਂ ਲੱਗਦਾ। ਅੱਜ ਸਵੇਰੇ ਜੀ ਰਾਤ ਬਹੁਤ ਹਨੇਰੀ ਸੀਗੀ, ਮੀਂਹ ਸੀ, ਕੱਲ੍ਹ ਵੀ ਸਾਰਾ ਦਿਨ ਕਿਣਮਣ ਕਣੀ ਜੀ ਹੋਈ ਗਈ ਹੈ। ਰਾਤ ਵੀ ਸਾਰੀ ਰਾਤ ਕਣੀਆਂ ਜੀਆਂ ਪਈ ਗਈਆਂ, ਕਦੇ ਹਟ ਗਈਆਂ ਕਦੇ ਪੈਣ ਲੱਗ ਗਈਆਂ। ਸਾਰੀ ਰਾਤ ਪੂਰੇ ਜ਼ੋਰ ਦੀ ਹਵਾ ਚੱਲਦੀ ਸੀ। ਜਦੋਂ ਸਵੇਰੇ ਮੈਂ ਉੱਠੀ 4 ਵਜੇ ਉੱਠ ਕੇ ਦੇਖਿਆ ਮੱਝਾਂ ਵਾਲੀ ਸਾਈਡ 'ਚ ਨਹਿਰ ਗਵਾਰ ਪੂਰਾ ਹੋਇਆ ਪਿਆ। ਮੈਂ ਆਖਿਆ ਚਲੋ ਲਾਈਟ ਨਹੀਂ ਹੈਗੀ, ਚਲੋ ਮੈਂ ਮੋਬਾਈਲ ਲਾ ਕੇ ਮੱਝਾਂ ਨੇ ਜਿਹੜੀਆਂ ਉਹ ਬੰਨ ਦਿਉਂਗੀ। ਜਦੋਂ ਮੈਂ ਨੀਚੇ ਆ ਕੇ ਲਾਈਟ ਦੇਖੀ ਮਹਾਂ ਚੱਲ ਇੱਧਰ ਤਾਂ ਇਨਵੈਟਰ ਵਾਲੇ ਘਰ ਲਾਈਟਾਂ ਚੱਲਦੀਆਂ, ਚਲੋ ਮੈਂ ਦੁਬਾਰਾ ਇੱਧਰ ਜਾਂ ਦੂਜੀਆਂ ਲਾਈਟਾਂ ਲਾ ਕੇ ਦੇਖੀਆਂ, ਲਾਈਟ ਜੀ ਹੈਗੀ ਸੀ। ਅਤੇ ਮੈਂ ਚਾਚਾ ਜੀ ਕੇ ਮੋਰੇ ਵਿਚਲੀ ਵੀ ਦੇਖਿਆ, ਇਹਨਾਂ ਦੇ ਵੀ ਘਰ ਲਾਈਟਾਂ ਲੱਗੀਆਂ ਪਈਆਂ ਸੀਗੀਆਂ। ਚਲੋ ਜੀ ਮੈਂ ਮੱਝਾਂ ਦਾ ਕੰਮ ਹਨੇਰੇ ਜਿਹੜਾ ਮੇਰੇ ਕਰਨ ਵਾਲਾ ਸੀ ਉਹ ਮੈਂ ਹਨੇਰੇ ਹਨੇਰੇ 'ਚ ਕਰ ਦਿੱਤਾ। ਜਦੋਂ ਸਰਦਾਰ ਜੀ ਉੱਠੇ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਤਾਂ ਟੈਂਕੀ ਵੀ ਖਾਲੀ ਹੋ ਗਈ, ਪਾਣੀ ਨਹੀਂ ਹੈਗਾ, ਆਪਾਂ ਨਹਾਵਾਂਗੇ। ਅਤੇ ਤੁਸੀਂ ਦੇਖੋ ਵੀ ਮੋਟਰ ਨਹੀਂ ਹੈਗੀ ਆਪਣੇ ਇੱਧਰਲੇ, ਇੱਕ ਪਾਸੇ ਤਾਂ ਲਾਈਟ ਹੈਗੀ ਸੀ ਜੀ, ਇੱਧਰਲੇ ਘਰ ਦੀ ਲਾਈਟ ਨਹੀਂ ਸੀ ਹੈਗੀ। ਜਿਵੇਂ ਆਪਣੇ ਬਾਥਰੂਮ ਹੋ ਗਏ, ਮੱਝਾਂ ਹੋ ਗਿਆ, ਇੱਧਰ ਲਾਈਟ ਨਹੀਂ ਸੀ ਹੈਗੀ। ਜਿਹੜੀ ਸਾਈਡਾਂ ਵਾਲੀ ਲਾਈਟ ਆ ਉੱਧਰੋਂ ਇੱਧਰੋਂ ਜਾਂਦੀ ਹੈ ਬਾਥਰੂਮਾਂ ਕੰਨਿਓ। ਅਤੇ ਜਦੋਂ ਸਰਦਾਰ ਜੀ ਨੇ ਦੇਖਿਆ ਅਤੇ ਇੱਧਰ ਲਾਈਟ ਚੱਲੀ ਨਹੀਂ ਹੈਗੀ ਜੀ, ਇਨਵੈਟਰ ਵਾਲੀ ਲਾਈਟ ਤੀ ਉਹ ਤਾਂ ਲਾਈਟਾਂ ਲੱਗ ਗਈਆਂ ਨੇ, ਦੂਜੀਆਂ ਲੱਗੀਆਂ ਨਹੀਂ ਹੈਗੀਆਂ। ਅਤੇ ਜਦੋਂ ਉਹਨੂੰ ਮਿਸਤਰੀ ਲਿਆ ਕੇ ਬੁਲਾਇਆ ਵੀ ਦੇਵੀ ਤੁਸੀਂ ਦੇਖੋ ਵੀ ਕੀ ਗੱਲ ਹੋ ਗਈ, ਸਾਡੇ ਇੱਧਰੋਂ ਲਾਈਟ ਕਿਉਂ ਨਹੀਂ ਆ ਰਹੀ। ਮਿਸਤਰੀ ਨੇ ਜਦੋਂ ਚੈੱਕ ਕਰਿਆ ਜੀ ਸਾਰੀ ਫਿਟਿੰਗ ਜਿਹੜੀ ਆਪਣੀ ਬਾਥਰੂਮ ਵਿੱਚ ਸੀ ਸਾਰੀ ਮੱਚ ਗਈ ਹੈ। ਅਤੇ ਆਪਾਂ ਨੇ ਅੱਜ ਸਾਰੀ ਫਿਟਿੰਗ ਦੁਬਾਰੇ ਕਰਾਈ ਹੈ, ਹਜੇ ਜਿਹੜਾ ਸਾਰਾ ਸਾਫ਼ ਸਫਾਈ ਰਹਿੰਦਾ ਹੈਗਾ ਸਾਡੇ, ਕਿਉਂਕਿ ਪਾਣੀ ਹੁਣ ਭਰੀ ਆ ਟੈਂਕੀ, ਜਦੋਂ ਪਾਣੀ ਮੁੱਕ ਗਿਆ ਸੀਗਾ ਅਤੇ ਫਿਟਿੰਗ ਕਰਾਈ ਹੈਗੀ। ਅਤੇ ਤਾਰ ਕਿੰਨੇ ਦੀ ਆਈ ਹੈ ਜੀ ਆਪਣੀ ਫਿਟਿੰਗ ਵਾਲੀ? 2500 ਦੀ ਤਾਰ ਆਈ ਆ। ਰੀਟਾਂ ਹੁੰਦੀਆਂ ਨੇ ਕੀ ਹੁੰਦੀਆਂ ਨੇ, ਇਹ ਮੱਚ ਗਈਆਂ ਸਾਰੀਆਂ। ਜਿਹੜਾ ਮੰਨ ਲਓ ਕਿ ਇਕੱਲੀਆਂ ਸੁੱਚਾ ਸੁੱਚਾ ਰਹਿ ਗਈਆਂ ਅਤੇ ਜਿਹੜਾ ਸਾਰਾ ਸਮਾਨ ਆ ਸਾਰਾ ਉਹ ਮੱਚ ਗਿਆ। ਪਤਾ ਨਹੀਂ ਕੀ ਗੱਲ ਹੋ ਗਈਆਂ, ਪਤਾ ਨਹੀਂ ਕੀ ਗੱਲ ਹੋ ਗਈ ਕੀ ਨਾ, ਬਹੁਤ ਖਲਾਰਾ ਪਿਆ ਪਿਆ, ਸਾਰਾ ਕੁਛ ਹੀ ਮੱਚ ਗਿਆ। ਤੇ ਇਹ ਤਾਂ ਫਿਰ ਬੇਕਾਰ ਹੈ, ਕਵਾੜ ਚ ਦੇਵਾਂਗੇ। ਫਿਰ ਆਹ ਟੱਬ ਚ ਪਾ ਲਓ, ਫਿਰ ਵਿਹਲਾ ਕਰ ਲਾਂਗੇ। ਟੱਬ ਚ ਪਾ ਲਓ ਜਿਹੜਾ ਬਾਥਰੂਮ ਵਾਲਾ ਸਮਾਨ ਆ ਜੀ, ਸਾਰਾ ਬਾਹਰੇ ਕੱਢ ਕੇ ਫਿਰ ਫਿਟਿੰਗ ਕਰੀਏ। ਮਸ਼ੀਨ ਵੀ ਬਾਹਰੇ ਕੱਢ ਤੀ ਤੇ ਬਹੁਤ ਇਹ ਪਹਿਲਾਂ ਆਪਾਂ ਮਾਂਜੇ ਨਾਲ ਸੰਭਰਾਂਗੇ ਤਾਰਾਂ ਦੇ ਟੋਟੇ ਨੇ ਜਿਹੜੇ, ਫਿਰ ਪਾਈਪਾਂ 'ਚ ਫਸਣਗੇ ਇਹ, ਫਿਰ ਪਾਣੀ ਹੋਰ ਨਾ ਕਿਤੇ ਬੰਦ ਹੋ ਜਾਣਾ, ਫਿਰ ਪਾਈਪ ਨਾਲ ਦੁਬਾਰੇ ਪਾਉਣੇ ਪੈ ਜਾਣਾ ਆਪਣੇ ਤਾਂ ਪਤਾ ਨਹੀਂ। ਮੈਂ ਕਿਸੇ ਤਿਉਹਾਰ ਅਸੀਂ ਜੀ ਸੱਸ ਨੂੰ ਨਾ ਤਿਉਹਾਰੇ ਨੂੰ ਮੋੜੀਏ ਨਾ ਭੁੱਖੇ ਨੂੰ ਮੋੜੀਏ, ਅਸੀਂ ਸਾਰੇ ਹਰ ਇੱਕ ਨੂੰ ਪ੍ਰਸ਼ਾਦਾ ਸਿਖਾਏ ਬਿਨਾਂ ਨਹੀਂ ਤੋਰਦੇ ਘਰੋਂ। ਪਤਾ ਨਹੀਂ ਸਾਡੇ ਨਾਲ ਇਹ ਕੀ ਹੋਈ ਜਾਂਦਾ ਹੈ, ਕਿ ਸਾਹ ਤਾਂ ਨਹੀਂ ਸਾਰ ਸਾਡੇ ਤੇ ਕਹੇ। ਇਹ ਤਾਂ ਤਾਂਬਾ ਹੈਗਾ, ਇਹ ਤਾਂ ਤਾਂਬਾ ਹੈਗਾ, ਇਹ ਤਾਂ ਤਾਰਾਂ ਦਾ ਕੰਮ ਆ ਜਾਣੀ। ਜਿਹੜਾ ਮੇਰਾ ਤਾਰਾ ਹੁੰਦਾ ਨਾ ਵੱਡਾ, ਇਹ ਜਿਹੜਾ ਤਾਰਾਂ ਹੁੰਦੀਆਂ ਹਾਂ ਮਚਾ ਕੇ ਤਾਰਾਂ ਅੱਗ ਲਾ ਕੇ ਤਾਂਬਾ ਕੱਢ ਲੈਣਾ, ਫਿਰ ਭਾਂਡੇ ਲੈ ਕੇ ਆਉਣਾ ਹੁੰਦਾ, ਉਹ ਬਾਹਲੀ ਮਿਹਨਤ ਕਰਦਾ ਹੁੰਦਾ। ਮੇਰੇ ਤਾਇਆ ਜੀ ਜੀ ਬਹੁਤ ਮਿਹਨਤੀ ਸੀਗੇ, ਉਹ ਜਦੋਂ ਜਿਹੜੀਆਂ ਬੇਕਾਰ ਤਾਰਾਂ ਹੁੰਦੀਆਂ ਨਾ ਉਹਨਾਂ ਨੂੰ ਧੂਈ ਲਾ ਕੇ ਜਾਲ ਲਾਂਦੇ। ਜਿਹੜਾ ਤਾਂਬਾ ਜਿਹੜਾ ਤਾਂਬਾ ਹੁੰਦਾ ਸੀ ਉਹਨੂੰ ਨਾ ਇਕੱਠਾ ਕਰਕੇ ਗੋਲ ਗਲੁੰਡੇ ਜੀ ਮਾਰ ਕੇ ਨਾ ਉਹਨਾਂ ਦੇ ਭਾਂਡੇ ਲਿਆਉਂਦੇ, ਕਹਿੰਦਾ ਪੁੱਤ ਐਂ ਘਰ ਬੰਨੀ ਦੇ ਹੁੰਦੇ ਨੇ। ਤਾਇਆ ਜੀ ਜਿਹੜੇ ਮੇਰੇ ਵੱਡੇ ਤਾਇਆ ਜੀ ਉਹ ਬਹੁਤ ਮਿਹਨਤੀ ਸੀਗੇ ਜੀ, ਡਿਊਟੀ ਤੋਂ ਆ ਕੇ ਬਸ ਉਹ ਇਹੋ ਜਿਹਾ ਕੰਮ ਕਰੀ ਜਾਂਦੇ ਟੁੱਟ ਭੱਜ ਜੀ, ਨੇ ਸਾਨੂੰ ਦੱਸੇ ਜਾਂਦੇ ਪੁੱਤ ਇਹਦਾ ਐਂ ਹੁੰਦਾ, ਇਹ ਜਿਹੜੀਆਂ ਤਾਰਾਂ ਨੇ ਆਪਾਂ ਸਿੜਦੇ ਨਹੀਂ, ਇਹਨਾਂ ਨੂੰ ਜਾਲ ਕੇ ਆਪਾਂ ਵਿੱਚੋਂ ਤਾਂਬਾ ਕੱਢ ਕੇ ਆਪਾਂ ਭਾਂਡੇ ਲੈ ਲਾਂਗੇ। ਉਹ ਸਾਨੂੰ ਐਂ ਸਮਝਾਉਂਦੇ ਹੁੰਦੇ ਸੀਗੇ ਜੀ। ਹੁਣ ਵਾਹਿਗੁਰੂ ਸੁੱਖ ਸਾਂਭ ਰੱਖੇ ਦੀਵਾਲ, ਹੁਣ ਤਾਂ ਨਹੀਂ ਕੋਈ ਆਪਣੇ ਉਹ ਹੈਗਾ। ਬਸ ਹੁਣ ਤਾਂ ਧੱਕੀ ਫਸਣਗੇ ਵਿੱਚ ਟੁੱਟੇ ਜੇ, ਜਿਹੜਾ
ਜਿਹੜਾ ਗੰਦ ਆ ਬਹੁਤ ਪੈ ਗਿਆ ਬਸ ਹੋਰ ਤਾਂ ਤੁਸਾਂ ਪੂਰੇ ਇਹ ਟੁੱਟੇ ਨਾ ਕੀ ਕੰਮ ਮਚਾ ਕੇ ਕੰਮ ਕਰ ਦੇਵਾਂਗੇ ਚੋਂ ਵੀ ਪਤਾ ਹੈ ਮੈਨੂੰ ਵਾਏ ਕਰਾ ਮੁੱਤਰ ਆ ਗਿਆ ਸਾਰਾ ਧੋ ਲਾ ਫੇਰ ਮਸ਼ੀਨ ਅੰਦਰ ਲਾ ਪਹਿਲਾਂ ਸਾਫ਼ ਕਰਾ ਲਈ ਪਹਿਲਾਂ ਮਾਂਜਾ ਲਾ ਲਈ ਕਰਾ ਲਈ ਅੰਦਰ ਮਾਂਜਾ ਲਾ ਲਈ ਸੇਤੂ ਪਹਿਲਾਂ ਸਿਕੱਲਾ ਸੰਭਰਾਂਗੇ ਜਿਹੜਾ ਲਾ ਲਓ ਸਾਫ਼ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤਾਂ ਬੁੱਧ ਉੱਧਰ ਆ ਨਾ उधर मेरे पाथियां कल भेज गई अज फिर भेज जान गिया पानी क्यों नहीं आ रहा चलू मशीन चाहिए दसोंगे हज हज मेरा हाथ नहीं पिया वाहेगुरु जी प्लग पा रहा।
सारा रेता उधर जाऊंगा। हाँ जी अपने सेट कर दिता बाथरूम समान जिन्हें जिन्हें कढ़िया सी सारा सेट करता बाल्टी धो के मैं फिर धर दूंगी। उत्तो कणिया भी आ गई, बदल बहुत हो गया, हनेरी चढ़ी आउंदी ते कणिया भी कोई कोई कणी भी डिगन लग पी। चलो जी आप वीडियो का एंड भी इतनी करते हैं, अपने कपड़े भी बहुत बाहरे पाए ने कि चाक दिया कणिया डिगन लग गई। आज की वीडियो से इन्हें मिलते हैं किसी और वीडियो में। वाहेगुरू जी का खालसा, वाहेगुरू जी की फतह।